ਅਮਰਿੰਦਰ ਸਿੰਘ ਹੈ। ਠੀਕ ਹੈ, ਇਹ ਕਿਹੜਾ ਏਰੀਆ ਪੈਂਦਾ? ਇਹ ਬੀ ਕੰਪਲੈਕਸ ਹੈ। ਠੀਕ ਹੈ, ਇਹ ਕਿਸ ਤਰ੍ਹਾਂ ਚੋਰੀ ਹੋਈ ਹੈ ਤੇ ਇਹ ਜਿਹੜੇ ਘਰ ਵਾਲੇ ਕੋਠੀ ਵਾਲੇ ਇਹ ਕਿੱਥੇ ਗਏ? ਸਰ ਇਹ ਜਿੱਦਾਂ ਗਏ ਹੋਏ ਇੰਗਲੈਂਡ ਜਿੱਦਾਂ, ਤੇ ਆਪਣੇ ਕੋਲ ਚਾਬੀ ਇਹਨਾਂ ਦੀ ਐਕਚੁਲੀ 10-12 ਦਿਨ ਹੋ ਗਏ, ਉਦੋਂ ਪਹਿਲਾਂ ਚੈੱਕ ਕੀਤਾ ਸੀ, ਉਦੋਂ ਤਾਂ ਠੀਕ ਸੀ। ਜਿੱਦਾਂ ਅੱਜ ਹੁਣ ਇੱਥੇ ਸਫਾਈ ਵਾਲੀ ਲੇਡੀਜ਼ ਆਈਆਂ ਸੀ, ਉਹਨਾਂ ਕੋਲ ਸਫਾਈ ਕਰਾਉਣੀ ਸੀ, ਤੇ ਅੱਜ ਦੇਖਿਆ ਤੂੰ ਅੰਦਰੋਂ ਚੋਰੀ ਵਗੈਰਾ ਹੋਈ ਜਿੱਦਾਂ ਸਮਾਨ ਸਮੂਨ ਲੈ ਕੇ ਚਲੇ ਗਏ। ਤੇ ਇਹ ਕਿੰਨੇ ਕੁ ਵਜੇ ਦੀ ਘਟਨਾ ਤੇ ਕਦੋਂ ਦੀ ਘਟਨਾ? ਸਰ ਹੁਣ ਇਹ ਜੇ ਸੀਸੀਟੀਵੀ ਆਪਾਂ ਚੈੱਕ ਕਰਾਵਾਂਗੇ, ਕਿਤੇ ਫੇਸਬੁੱਕ ਦਾ ਟਾਈਮ ਪ੍ਰੋਪਰ ਲੱਗੂ, ਪਤਾ ਉਦਾਂ ਤਾਂ ਨਹੀਂ ਕੁਛ ਪਤਾ ਹੈਗਾ ਵੀ ਕਿੱਦਾਂ ਮਤਲਬ ਕਿੰਨੇ ਵਜੇ ਆਈ ਕਦੋਂ ਹੋਈ ਹੈਗੀ। ਠੀਕ ਹੈ, ਤੇ ਇਹ ਕਿੰਨਾ ਕੁ ਸਮਾਨ ਤੁਹਾਡੇ ਹਿਸਾਬ ਨਾਲ ਜਿਹੜਾ ਲੱਗੇ? ਸਮਾਨ ਸਰ ਹੁਣ ਅੰਦਰ ਜਿੱਦਾਂ ਹਲੇ ਚੈੱਕ ਹੋ ਰਿਹਾ ਵਾ, ਜਿੱਦਾਂ ਫਿਰ ਪਤਾ ਲੱਗੂ ਜਾਂ ਪਤਾ ਕਿੰਨਾ ਘਰ ਵਾਲੇ ਪ੍ਰੋਪਰ ਦੱਸ ਸਕਦੇ, ਆਪਣੇ ਕੋਲ ਇੰਨਾ ਨਹੀਂ ਪਤਾ ਜਾਂਦਾ। ਠੀਕ ਹੈ ਸਰ, ਕੀ ਕਹਿਣਾ ਚਾਹੁੰਗੇ ਤੁਹਾਨੂੰ, ਕਿੰਨੇ ਕੁ ਸਮਾਨ ਮਿਲੀ, ਕਿਹੜਾ ਏਰੀਆ ਵਾ, ਕਿਹਨਾਂ ਦੀ ਕੋਠੀ ਹੈ? ਕੋਠੀ ਉਹ ਪੇਪਰ ਦੇ ਉੱਪਰ ਲਾਜੀ ਦੀ ਕੋਠੀ ਹੈਗੀ ਜੀ, ਇੱਕ ਬਾਹਰ ਰਹਿੰਦੇ ਆ ਵਿਦੇਸ਼ ਦੇ ਵਿੱਚ। ਹਾਂਜੀ, ਗਏ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ, ਤੇ ਉਹਨਾਂ ਦੇ ਬਾਅਦ ਦੇ ਵਿੱਚ ਹੀ ਇਹ ਕੋਈ 10-15 ਦਿਨ ਪਹਿਲਾਂ ਜਿਹਨਾਂ ਨੂੰ ਚਾਬੀਆਂ ਦਿੱਤੀਆਂ ਨਾ, ਉਹ ਦੱਸਦੇ ਵੀ 10 ਦਿਨ ਪਹਿਲਾਂ ਅਸੀਂ ਆਏ ਸੀ, ਉਦੋਂ ਠੀਕ ਸੀ। 10 ਦਿਨ ਦੇ ਅੰਦਰ ਅੰਦਰ ਹੀ ਕੋਈ ਚੋਰੀ ਹੋਈ ਹੈ, ਮਤਲਬ ਜੋ ਵੀ ਹੋਈ ਹੈ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ, ਉਸ ਹਿਸਾਬ ਨਾਲ ਦੇਖ ਕੇ ਉਹਨੂੰ ਜੋ ਹੋਊਗਾ ਕਾਰਵਾਈ ਕੀਤੀ ਜਾਊਗੀ। ਨੁਕਸਾਨ ਹੋ ਤਾਂ ਹੁਣ ਇਹੀ ਦੱਸ ਸਕਦੇ ਵੀ ਟੂਟੀ 2000 ਵਾਲੀ ਲੱਗੀ ਹੈ ਜਾਂ 500 ਵਾਲੀ ਲੱਗੀ ਹੈ ਜਾਂ 100 ਵਾਲੀ ਲੱਗੀ ਹੈ। ਇਕੱਲੀਆਂ ਟੂਟੀਆਂ ਲੱਗੀਆਂ ਕਿ ਇਸ ਤੋਂ ਟੂਟੀਆਂ ਵਗੈਰਾ ਹੀ ਹੈ, ਜੇ ਦੇਖਣ ਤੋਂ ਤਾਂ ਟੂਟੀਆਂ ਵਗੈਰਾ ਲੱਗਦੀਆਂ ਜਾਂ ਸਿਲੰਡਰ ਹੈ ਜਾਂ ਮਤਲਬ ਇਨਵੈਟਰ ਦਾ ਬੈਟਰ ਜਿਹੜਾ ਹੁਣ ਸਕਾਟ। ਆਪਣਾ ਬਰਿੰਦਰ ਸਿੰਘ ਹੈ। ਠੀਕ ਹੈ, ਇਹ ਕਿਹੜਾ ਏਰੀਆ ਪੈਂਦਾ? ਇਹ ਬੀ ਕੰਪਲੈਕਸ ਹੈ। ਠੀਕ ਹੈ, ਇਹ ਕਿਸ ਤਰ੍ਹਾਂ ਚੋਰੀ ਹੋਈ ਹੈ ਤੇ ਇਹ ਜਿਹੜੇ ਘਰ ਵਾਲੇ ਕੋਠੀ ਵਾਲੇ ਇਹ ਕਿੱਥੇ ਗਏ? ਸਰ ਇਹ ਜਿੱਦਾਂ ਗਏ ਹੋਏ ਇੰਗਲੈਂਡ ਜਿੱਦਾਂ, ਤੇ ਆਪਣੇ ਕੋਲ ਚਾਬੀ ਇਹਨਾਂ ਦੀ ਐਕਚੁਲੀ 10-12 ਦਿਨ ਹੋ ਗਏ, ਉਦੋਂ ਪਹਿਲਾਂ ਚੈੱਕ ਕੀਤਾ ਸੀ, ਉਦੋਂ ਤਾਂ ਠੀਕ ਸੀ। ਜਿੱਦਾਂ ਅੱਜ ਹੁਣ ਇੱਥੇ ਸਫਾਈ ਵਾਲੀ ਲੇਡੀਜ਼ ਆਈਆਂ ਸੀ, ਉਹਨਾਂ ਕੋਲ ਸਫਾਈ ਕਰਾਉਣੀ ਸੀ, ਤੇ ਅੱਜ ਦੇਖਿਆ ਤੂੰ ਅੰਦਰੋਂ ਚੋਰੀ ਵਗੈਰਾ ਹੋਈ ਜਿੱਦਾਂ ਸਮਾਨ ਸਮੂਨ ਲੈ ਕੇ ਚਲੇ ਗਏ। ਤੇ ਇਹ ਕਿੰਨੇ ਕੁ ਵਜੇ ਦੀ ਘਟਨਾ ਤੇ ਕਦੋਂ ਦੀ ਘਟਨਾ? ਸਰ ਹੁਣ ਇਹ ਜੇ ਸੀਸੀਟੀਵੀ ਆਪਾਂ ਚੈੱਕ ਕਰਾਵਾਂਗੇ, ਕਿਤੇ ਫੇਸਬੁੱਕ ਦਾ ਟਾਈਮ ਪ੍ਰੋਪਰ ਲੱਗੂ, ਪਤਾ ਉਦਾਂ ਤਾਂ ਨਹੀਂ ਕੁਛ ਪਤਾ ਹੈਗਾ ਵੀ ਕਿੱਦਾਂ ਮਤਲਬ ਕਿੰਨੇ ਵਜੇ ਆਈ ਕਦੋਂ ਹੋਈ ਹੈਗੀ। ਠੀਕ ਹੈ, ਤੇ ਇਹ ਕਿੰਨਾ ਕੁ ਸਮਾਨ ਤੁਹਾਡੇ ਹਿਸਾਬ ਨਾਲ ਜਿਹੜਾ ਲੱਗੇ? ਸਮਾਨ ਸਰ ਹੁਣ ਅੰਦਰ ਜਿੱਦਾਂ ਹਲੇ ਚੈੱਕ ਹੋ ਰਿਹਾ ਵਾ, ਜਿੱਦਾਂ ਫਿਰ ਪਤਾ ਲੱਗੂ ਜਾਂ ਪਤਾ ਕਿੰਨਾ ਘਰ ਵਾਲੇ ਪ੍ਰੋਪਰ ਦੱਸ ਸਕਦੇ, ਆਪਣੇ ਕੋਲ ਇੰਨਾ ਨਹੀਂ ਪਤਾ ਜਾਂਦਾ। ਸਰ ਕੀ ਕਹਿਣਾ ਚਾਹੁੰਗੇ ਤੁਹਾਨੂੰ, ਕਿੰਨੇ ਕੁ ਸਮਾਨ ਮਿਲੀ, ਕਿਹੜਾ ਏਰੀਆ ਵਾ, ਕਿਹਨਾਂ ਦੀ ਕੋਠੀ ਹੈ? ਕੋਠੀ ਉਹ ਪੇਪਰ ਦੇ ਉੱਪਰ ਲਾਜੀ ਦੀ ਕੋਠੀ ਹੈਗੀ ਜੀ, ਇੱਕ ਬਾਹਰ ਰਹਿੰਦੇ ਆ ਵਿਦੇਸ਼ ਦੇ ਵਿੱਚ। ਹਾਂਜੀ, ਉਹ ਗਏ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ, ਤੇ ਉਹਨਾਂ ਦੇ ਬਾਅਦ ਦੇ ਵਿੱਚ ਹੀ ਇਹ ਕੋਈ 10-15 ਦਿਨ ਪਹਿਲਾਂ ਜਿਹਨਾਂ ਨੂੰ ਚਾਬੀਆਂ ਦਿੱਤੀਆਂ ਨਾ, ਉਹ ਦੱਸਦੇ ਵੀ 10 ਦਿਨ ਪਹਿਲਾਂ ਅਸੀਂ ਆਏ ਸੀ, ਉਦੋਂ ਠੀਕ ਸੀ। 10 ਦਿਨ ਦੇ ਅੰਦਰ ਅੰਦਰ ਹੀ ਕੋਈ ਚੋਰੀ ਹੋਈ ਹੈ, ਮਤਲਬ ਜੋ ਵੀ ਹੋਈ ਹੈ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ, ਉਸ ਹਿਸਾਬ ਨਾਲ ਦੇਖ ਕੇ ਉਹਨੂੰ ਜੋ ਹੋਊਗਾ ਕਾਰਵਾਈ ਕੀਤੀ ਜਾਊਗੀ। ਪਤਾ ਲੱਗਾ ਕੀ ਸਮਾਨ ਲੈ ਗਏ? ਨਹੀਂ, ਇਹਦੇ ਬਾਰੇ ਤਾਂ ਸਾਰਾ ਘਰ ਵਾਲੇ ਦੱਸ ਸਕਦੇ, ਜਿਹੜਾ ਮਾੜਾ ਮੋਟਾ ਜਿਹਾ ਜੋ ਇਹਨਾਂ ਨੇ ਦੱਸਿਆ ਜਾਂ ਦੇਖਣ ਤੋਂ ਜੋ ਸਾਹਮਣੇ ਆਇਆ, ਟੂਟੀਆਂ ਵਗੈਰਾ ਲੱਥੀਆਂ ਜੋ ਵੀ ਹੈਗੀਆਂ ਨੇ ਬਾਥਰੂਮ ਦੀਆਂ ਜਾਂ ਰਸੋਈ ਚੋਂ, ਉਹ ਦੇਖ ਰਹੀਆਂ ਸਾਹਮਣੇ। ਤੇ ਸੀਸੀਟੀਵੀ ਫੁਟੇਜ ਕੋਈ ਮਿਲ ਪਾਈ? ਨਹੀਂ ਜੀ, ਸੀਸੀਟੀਵੀ ਫੁਟੇਜ ਨਹੀਂ ਕੋਈ ਮਿਲ ਪਾਈ, ਇੱਦਾਂ ਦੇਖਦੇ ਹਾਂ ਜੀ ਬਾਕੀ ਇਨਵੈਸਟੀਗੇਸ਼ਨ 'ਚ ਜੋ ਜੋ ਸਾਹਮਣੇ ਆਊਗਾ ਉਸ ਸਾਹਮਣੇ ਕਾਰਵਾਈ ਕੀਤੀ ਜਾਊਗੀ। ਠੀਕ ਹੈ, ਤੁਹਾਡੇ ਸਾਹਮਣੇ ਕਿੰਨੇ ਕੁ ਦਾ ਨੁਕਸਾਨ ਹੋਇਆ? ਇਸ ਦੇ ਬਾਰੇ ਕੁਛ ਨਹੀਂ ਕਹਿ ਸਕਦਾ ਜੀ, ਨੁਕਸਾਨ ਹੋ ਤਾਂ ਹੁਣ ਇਹੀ ਦੱਸ ਸਕਦੇ ਵੀ ਟੂਟੀ 2000 ਵਾਲੀ ਲੱਗੀ ਹੈ ਜਾਂ 500 ਵਾਲੀ ਲੱਗੀ ਹੈ ਜਾਂ 100 ਵਾਲੀ ਲੱਗੀ ਹੈ। ਇਕੱਲੀਆਂ ਟੂਟੀਆਂ ਲੱਗੀਆਂ ਕਿ ਇਸ ਤੋਂ ਟੂਟੀਆਂ ਵਗੈਰਾ ਹੀ ਹੈ, ਜੇ ਦੇਖਣ ਤੋਂ ਤਾਂ ਟੂਟੀਆਂ ਵਗੈਰਾ ਲੱਗਦੀਆਂ ਜਾਂ ਸਿਲੰਡਰ ਹੈ ਜਾਂ ਮਤਲਬ ਇਨਵੈਟਰ ਦਾ ਬੈਟਰ ਜਿਹੜਾ ਹੁਣ ਸਕਾਟ।